ਅਸ਼ੋਕ ਜੀ, ਮੱਥਾ ਟੇਕ ਕੇ ਨਿਕਲਿਓ, ਸ਼ੁਰੂਆਤ ਕੀਤੀ ਹੈ ਦਿਨ ਦੀ, ਕੀ ਕਹਿਣਾ ਚਾਹੋਗੇ? ਗੁਰੂ ਘਰੋਂ ਮਿਲਦਾ ਵਾ ਜੋ ਮਾਲਕ ਦੇਵੇਗਾ ਉਹਦੇ ਹੱਥ ਵਡਿਆਈਆਂ ਨੇ, ਬੰਦੇ ਦੇ ਹੱਥ ਕੁਛ ਨਹੀਂ ਗਾ ਜੀ। ਅਤੇ ਕਿਸ ਤਰੀਕੇ ਨਾਲ, ਕਿੰਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਇਸ ਵਾਰ ਲੋਕਾਂ 'ਚ ਗਏ ਹੋ, ਲੋਕ ਤੁਹਾਨੂੰ ਵੋਟ ਕਿਉਂ ਪਾ? ਦੇਖੋ, ਪੰਜਾਬ ਦੀ ਆਵਾਜ਼ ਅਤੇ ਲੁਧਿਆਣੇ ਦੀ ਆਵਾਜ਼ ਉਠਾਉਣਾ, ਇਹੀ ਮੁੱਦਾ ਮੇਰਾ ਇੱਥੇ ਆ, ਇਹੀ ਮੁੱਦਾ ਦਿੱਲੀ ਹੋਊਗਾ ਜਦੋਂ ਮਾਲਕ ਵਡਿਆਈ ਕਿਰਪਾ ਕਰੂਗਾ। ਕਿਉਂਕਿ ਪੰਜਾਬ ਦੀ ਆਵਾਜ਼ ਅੱਜ ਤੱਕ ਦਿੱਲੀ ਦੇ ਵਿੱਚ ਜਿੰਨੇ ਪਹਿਲਾਂ ਲੀਡਰ ਗਏ ਆ, ਸੁੱਚੇ ਮੂੰਹ ਜਾਂਦੇ ਆ, ਸੁੱਚੇ ਮੂੰਹ ਹੀ ਆ ਜਾਂਦੇ ਆ। ਇਸ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਕੇ ਉੱਥੇ ਲੜਾਈ ਲੜਾਂਗੇ ਪੰਜਾਬ ਦੀ ਜੀ। ਅੱਛਾ, ਕਿਹਾ ਜਾ ਰਿਹਾ ਕਿ ਵਿਰੋਧੀ ਜਿਹੜੇ ਹੈਗੇ ਨੇ ਉਹ ਬੜਾ ਤੰਜ ਕੱਸ ਰਹੇ ਨੇ, ਉਹ ਕਹਿ ਰਹੇ ਨੇ ਕਿ ਅਸ਼ੋਕ ਪਰਾਸ਼ਰ ਪੱਪੀ ਦਾ ਲੜਾਈ ਰੇਸ 'ਚ ਹੀ ਹੈ। ਦੇਖੋ, ਪੰਜਾਬ ਇੱਕ ਐਸੀ ਧਰਤੀ ਆ, ਇਹਨਾਂ ਲੋਕਾਂ ਨੂੰ ਪਤਾ ਨਹੀਂ ਗਾ, ਗੁਰੂ ਜੀ ਦੇ ਉੱਤੇ ਕਿਰਪਾ ਕਰਦਾ ਨਾ, ਇਹਨਾਂ ਵਿਰੋਧੀਆਂ ਦਾ ਕਿਸੇ ਦਾ ਕੋਈ ਸਿਸਟਮ ਨਹੀਂ ਚੱਲਦਾ। ਗੁਰੂ ਜਦੋਂ ਕਿਰਪਾ ਕਰ ਦਿੰਦਾ, ਇਹ ਤਾਂ ਪਿਛਲੀ ਵਾਰ ਵੀ ਕਹਿੰਦੇ ਸੀਗੇ, ਇਸ ਵਾਰੀ ਵੀ ਇੱਦਾਂ ਹੀ ਆਉਣਾ ਇਹਨਾਂ ਨੇ। ਅੱਛਾ, ਦੇਰ ਰਾਤ ਰਾਜਾ ਵੜਿੰਗ ਵੱਲੋਂ ਇੱਕ ਨਿੱਜੀ ਹੋਟਲ ਪੈਲਸ ਦੇ ਵਿੱਚ ਰੇਡ ਕੀਤੀ ਗਈ ਸੀ ਸਰ, ਉੱਥੇ ਵੀ ਤੁਹਾਡਾ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਨਾਮ ਲਗਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਸ਼ਰਾਬ ਵੰਡਾਈ ਜਾ ਰਹੀ ਸੀ। ਇਹਨਾਂ ਨੇ ਆਪੇ ਹੀ ਰੋਗ ਲਾਉਂਦੇ ਆ, ਪਹਿਲਾਂ ਪੰਜਾਬ ਦੀ ਜਵਾਨੀ ਖਾ ਗਏ ਲੋਕ ਰਾਜ ਪਾਠ ਪਿੱਛੇ, ਇਹ ਆਪ ਹੀ ਚੀਜ਼ਾਂ ਰੱਖ ਕੇ ਆਪ ਹੀ ਕਿਸੇ ਦੇ ਦੂਜੇ ਦੇ ਛਿੱਟੇ ਮਾਰਦੇ ਆ। ਲੋਕਾਂ ਨੂੰ ਪਤਾ ਵਾ, ਇਹਨਾਂ ਲੋਕਾਂ ਨੇ ਪਹਿਲਾਂ ਵੀ ਪੰਜਾਬ ਦੀ ਜਵਾਨੀ ਦਾ ਕਹਾਣ ਇਸੇ ਤਰ੍ਹਾਂ ਹੀ ਕੀਤਾ। ਪਹਿਲਾਂ ਭਾਜਪਾ ਅਤੇ ਅਕਾਲੀ ਦਲ ਨੇ ਰਲ ਕੇ 10 ਸਾਲ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ, ਅਤੇ ਫਿਰ 5 ਸਾਲ ਇਹਨਾਂ ਨੇ ਭਾਜਪਾ ਅਤੇ ਅਕਾਲੀ ਦਲ ਦੀ ਗੱਦੀ ਲੈ ਕੇ ਜੋ ਨਸ਼ੇ ਚਿੱਟੇ ਦਾ ਇਹਨਾਂ ਨੇ ਇਸਤੇਮਾਲ ਕੀਤਾ, ਪੰਜਾਬ ਦੀ ਜਵਾਨੀ ਦਾ ਉਹਦੇ ਵਿੱਚ ਕਹਾਣ ਹੋਇਆ ਵਾ। ਅੱਛਾ, ਨਿੱਜੀ ਹੋਟਲ ਦੇ ਵਿੱਚ ਵੀ ਕਹਿੰਦੇ ਦੇਰ ਰਾਤ ਇਨਕਮ ਟੈਕਸ ਵੱਲੋਂ ਰੇਡ ਕੀਤੀ ਗਈ ਆ, ਔਰ ਉਸ ਹੋਟਲ ਦੇ ਉੱਤੇ ਜਿਹੜੇ ਨੇ ਰਾਜਾ ਵੜਿੰਗ ਦੇ ਪੋਸਟਰ ਲੱਗੇ ਹੋਏ ਸੀ। ਦੇਖੋ, ਗੱਲ ਸੁਣੋ, ਇਹਨਾਂ ਨੇ ਹਮੇਸ਼ਾ ਲੋਕਤੰਤਰ ਦਾ ਨਿਆਇ ਫਾਇਦਾ ਹੀ ਉਠਾਇਆ ਵਾ। ਜਦੋਂ ਜਿਉਂ ਜਿਉਂ ਹੁਣ 180 ਕਿਲੋਮੀਟਰ ਦੂਰੋਂ ਆ ਕੇ ਇੱਥੇ 5 ਸਟਾਰਾਂ 'ਚ ਰਹਿਣ ਵਾਲੇ ਬੰਦੇ ਲੋਕ ਸੇਵਾ ਕਰ ਲੂਗੇ? ਪਹਿਲਾਂ ਗਿੱਦੜਵਾਏ ਦੇ ਲੋਕਾਂ ਨੂੰ ਇਸੇ ਤਰ੍ਹਾਂ ਗੁੰਮਰਾਹ ਕਰਕੇ ਆਇਆ, ਹੁਣ ਲੁਧਿਆਣੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਇਆ, ਪਰ ਲੁਧਿਆਣੇ ਦੇ ਲੋਕ ਗੁੰਮਰਾਹ ਨਹੀਂ ਹੁੰਦੇ, ਲੋਕਲ ਆਪਣੇ ਪੁੱਤ ਨੂੰ ਵੋਟ ਪਾਊਗੇ। ਲੋਕਾਂ ਨੂੰ ਕੀ ਅਪੀਲ ਹੈਗੀ ਅੱਜ ਦੇ ਦਿਨ ਅਸੀਂ, ਕਿਉਂਕਿ ਤੁਹਾਡੇ ਵਾਸਤੇ ਸਭ ਤੋਂ ਅਹਿਮ ਦਿਨ ਹੈ? ਲੋਕਾਂ ਨੂੰ ਇਹੀ ਅਪੀਲ ਆ, ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਵੋਟਾਂ ਪਾਓ, ਕਿਉਂਕਿ ਜੇ ਤੁਸੀਂ ਵੋਟਿੰਗ ਦੀ ਗਿਣਤੀ ਵੱਧ ਹੋਊਗੀ ਤਾਂ ਹੀ ਲੋਕਤੰਤਰ ਮਜ਼ਬੂਤ ਹੋਊਗਾ। ਅਸ਼ੋਕ ਜੀ, ਮੱਥਾ ਟੇਕ ਕੇ ਨਿਕਲਿਓ, ਸ਼ੁਰੂਆਤ ਕੀਤੀ ਹੈ ਦਿਨ ਦੀ, ਕੀ ਕਹਿਣਾ ਚਾਹੋਗੇ? ਗੁਰੂ ਘਰੋਂ ਮਿਲਦਾ ਵਾ ਜੋ ਮਾਲਕ ਦੇਵੇਗਾ ਉਹਦੇ ਹੱਥ ਵਡਿਆਈਆਂ ਨੇ, ਬੰਦੇ ਦੇ ਹੱਥ ਕੁਛ ਨਹੀਂ ਗਾ ਜੀ। ਅਤੇ ਕਿਸ ਤਰੀਕੇ ਨਾਲ, ਕਿੰਨਾ ਮੁੱਦਿਆਂ ਨੂੰ ਲੈ ਕੇ ਤੁਸੀਂ ਇਸ ਵਾਰ ਲੋਕਾਂ 'ਚ ਗਏ ਹੋ, ਲੋਕ ਤੁਹਾਨੂੰ ਵੋਟ ਕਿਉਂ ਪਾ? ਦੇਖੋ, ਪੰਜਾਬ ਦੀ ਆਵਾਜ਼ ਅਤੇ ਲੁਧਿਆਣੇ ਦੀ ਆਵਾਜ਼ ਉਠਾਉਣਾ, ਇਹੀ ਮੁੱਦਾ ਮੇਰਾ ਇੱਥੇ ਆ, ਇਹੀ ਮੁੱਦਾ ਦਿੱਲੀ ਹੋਊਗਾ ਜਦੋਂ ਮਾਲਕ ਵਡਿਆਈ ਕਿਰਪਾ ਕਰੂਗਾ। ਕਿਉਂਕਿ ਪੰਜਾਬ ਦੀ ਆਵਾਜ਼ ਅੱਜ ਤੱਕ ਦਿੱਲੀ ਦੇ ਵਿੱਚ ਜਿੰਨੇ ਪਹਿਲਾਂ ਲੀਡਰ ਗਏ ਆ, ਸੁੱਚੇ ਮੂੰਹ ਜਾਂਦੇ ਆ, ਸੁੱਚੇ ਮੂੰਹ ਹੀ ਆ ਜਾਂਦੇ ਆ। ਇਸ ਕਰਕੇ ਲੋਕਤੰਤਰ ਨੂੰ ਮਜ਼ਬੂਤ ਕਰਕੇ ਉੱਥੇ ਲੜਾਈ ਲੜਾਂਗੇ ਪੰਜਾਬ ਦੀ ਜੀ। ਅੱਛਾ, ਕਿਹਾ ਜਾ ਰਿਹਾ ਕਿ ਵਿਰੋਧੀ ਜਿਹੜੇ ਹੈਗੇ ਨੇ ਉਹ ਬੜਾ ਤੰਜ ਕੱਸ ਰਹੇ ਨੇ, ਉਹ ਕਹਿ ਰਹੇ ਨੇ ਕਿ ਅਸ਼ੋਕ ਪਰਾਸ਼ਰ ਪੱਪੀ ਦਾ ਲੜਾਈ ਰੇਸ 'ਚ ਹੀ ਹੈ। ਦੇਖੋ, ਪੰਜਾਬ ਇੱਕ ਐਸੀ ਧਰਤੀ ਆ, ਇਹਨਾਂ ਲੋਕਾਂ ਨੂੰ ਪਤਾ ਨਹੀਂ ਗਾ, ਗੁਰੂ ਜੀ ਦੇ ਉੱਤੇ ਕਿਰਪਾ ਕਰਦਾ ਨਾ, ਇਹਨਾਂ ਵਿਰੋਧੀਆਂ ਦਾ ਕਿਸੇ ਦਾ ਕੋਈ ਸਿਸਟਮ ਨਹੀਂ ਚੱਲਦਾ। ਗੁਰੂ ਜਦੋਂ ਕਿਰਪਾ ਕਰ ਦਿੰਦਾ, ਇਹ ਤਾਂ ਪਿਛਲੀ ਵਾਰ ਵੀ ਕਹਿੰਦੇ ਸੀਗੇ, ਇਸ ਵਾਰੀ ਵੀ ਇੱਦਾਂ ਹੀ ਆਉਣਾ ਇਹਨਾਂ ਨੇ। ਅੱਛਾ, ਦੇਰ ਰਾਤ ਰਾਜਾ ਵੜਿੰਗ ਵੱਲੋਂ ਇੱਕ ਨਿੱਜੀ ਹੋਟਲ ਪੈਲਸ ਦੇ ਵਿੱਚ ਰੇਡ ਕੀਤੀ ਗਈ ਸੀ ਸਰ, ਉੱਥੇ ਵੀ ਤੁਹਾਡਾ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਨਾਮ ਲਗਾਇਆ ਕਿ ਆਮ ਆਦਮੀ ਪਾਰਟੀ ਵੱਲੋਂ ਸ਼ਰਾਬ ਵੰਡਾਈ ਜਾ ਰਹੀ ਸੀ। ਇਹਨਾਂ ਨੇ ਆਪੇ ਹੀ ਰੋਗ ਲਾਉਂਦੇ ਆ, ਪਹਿਲਾਂ ਪੰਜਾਬ ਦੀ ਜਵਾਨੀ ਖਾ ਗਏ ਲੋਕ ਰਾਜ ਪਾਠ ਪਿੱਛੇ,
ਇਹ ਆਪ ਹੀ ਚੀਜ਼ਾਂ ਰੱਖ ਕੇ ਆਪ ਹੀ ਕਿਸੇ ਦੇ ਦੂਜੇ ਦੇ ਛਿੱਟੇ ਮਾਰਦੇ ਆ। ਲੋਕਾਂ ਨੂੰ ਪਤਾ ਵਾ ਇਹਨਾਂ ਲੋਕਾਂ ਨੇ ਪਹਿਲਾਂ ਵੀ ਪੰਜਾਬ ਦੀ ਜਵਾਨੀ ਦਾ ਕਹਾਣ ਇਸੇ ਤਰ੍ਹਾਂ ਹੀ ਕੀਤਾ। ਪਹਿਲਾਂ ਭਾਜਪਾ ਅਤੇ ਅਕਾਲੀ ਦਲ ਨੇ ਰਲ ਕੇ 10 ਸਾਲ ਪੰਜਾਬ ਨੂੰ ਲੁੱਟਿਆ ਅਤੇ ਕੁੱਟਿਆ, ਅਤੇ ਫਿਰ 5 ਸਾਲ ਇਹਨਾਂ ਨੇ ਭਾਜਪਾ ਅਤੇ ਅਕਾਲੀ ਦਲ ਦੀ ਗੱਦੀ ਲੈ ਕੇ ਜੋ ਨਸ਼ੇ ਚਿੱਟੇ ਦਾ ਇਹਨਾਂ ਨੇ ਇਸਤੇਮਾਲ ਕੀਤਾ, ਪੰਜਾਬ ਦੀ ਜਵਾਨੀ ਦਾ ਉਹਦੇ ਵਿੱਚ ਕਾਣ ਹੋਇਆ ਵਾ। ਅੱਛਾ, ਨਿੱਜੀ ਹੋਟਲ ਦੇ ਵਿੱਚ ਵੀ ਕਹਿੰਦੇ ਦੇਰ ਰਾਤ ਇਨਕਮ ਟੈਕਸ ਵੱਲੋਂ ਰੇਡ ਕੀਤੀ ਗਈ ਆ, ਔਰ ਉਸ ਹੋਟਲ ਉੱਤੇ ਜਿਹੜੇ ਨੇ ਰਾਜਾ ਵੜਿੰਗ ਦੇ ਪੋਸਟਰ ਲੱਗੇ ਹੋਏ ਸੀ। ਦੇਖੋ ਗੱਲ ਸੁਣੋ, ਇਹਨਾਂ ਨੇ ਹਮੇਸ਼ਾ ਲੋਕਤੰਤਰ ਦਾ ਨਿਆਇ ਫਾਇਦਾ ਹੀ ਉਠਾਇਆ ਵਾ। ਜਦੋਂ ਜਿਉਂ ਜਿਉਂ ਹੁਣ 180 ਕਿਲੋਮੀਟਰ ਦੂਰੋਂ ਆ ਕੇ ਇੱਥੇ 5 ਸਟਾਰਾਂ 'ਚ ਰਹਿਣ ਵਾਲੇ ਬੰਦੇ ਲੋਕ ਸੇਵਾ ਕਰ ਲੂਗੇ? ਪਹਿਲਾਂ ਗਿੱਦੜਵਾਏ ਦੇ ਲੋਕਾਂ ਨੂੰ ਇਸੇ ਤਰ੍ਹਾਂ ਗੁੰਮਰਾਹ ਕਰਕੇ ਆਇਆ, ਹੁਣ ਲੁਧਿਆਣੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਲਈ ਆਇਆ। ਪਰ ਲੁਧਿਆਣੇ ਦੇ ਲੋਕ ਗੁੰਮਰਾਹ ਨਹੀਂ ਹੁੰਦੇ, ਲੋਕਲ ਆਪਣੇ ਪੁੱਤ ਨੂੰ ਵੋਟ ਪਾਊਗੇ। ਲੋਕਾਂ ਨੂੰ ਕੀ ਅਪੀਲ ਹੈਗੀ ਅੱਜ ਦੇ ਦਿਨ ਵਾਸਤੇ, ਕਿਉਂਕਿ ਤੁਹਾਡੇ ਵਾਸਤੇ ਸਭ ਤੋਂ ਅਹਿਮ ਦਿਨ ਹੈ? ਲੋਕਾਂ ਨੂੰ ਇਹੀ ਅਪੀਲ ਆ, ਲੋਕਤੰਤਰ ਨੂੰ ਮਜ਼ਬੂਤ ਕਰਨ ਲਈ ਵੱਧ ਤੋਂ ਵੱਧ ਵੋਟਾਂ ਪਾਓ, ਕਿਉਂਕਿ ਜੇ ਤੁਸੀਂ ਵੋਟਿੰਗ ਦੀ ਗਿਣਤੀ ਵੱਧ ਹੋਊਗੀ ਤਾਂ ਹੀ ਲੋਕਤੰਤਰ ਮਜ਼ਬੂਤ ਹੋਊਗਾ।